ਸ਼ਹੀਦ ਭਗਤ ਸਿੰਘ ਦੀ ਭੈਣ ਅਤੇ ਪਿੰਡ ਵਾਸੀਆਂ ਨੇ ਖਟਕਲ ਕਲਾਂ ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਕੀਤਾ ਸਜਦਾ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕਲ ਕਲਾਂ ਵਿਖੇ ਪਿੰਡ ਵਾਸੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਸਜਦਾ ਕਰਨ ਉਪਰੰਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਦੀ ਭੈਣ ਜਸਮੀਤ ਕੌਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉੱਥੇ ਉਹਨਾਂ ਸਰਕਾਰ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰਾਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੀ ਦਾ ਦਰਜਾ ਦੇਣ। ਜੇਕਰ ਸਰਕਾਰਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੁੰਦਾ ਤਾਂ ਅੱਜ ਮਾਨ ਵਰਗੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਨਹੀਂ ਕਹਿੰਦੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪੱਗ ਸਾਡੇ ਗੁਰੂਆਂ ਵੱਲੋਂ ਦਿੱਤੀ ਉਹ ਸ਼ਾਨ ਹੈ ਜਿਸ ਦਾ ਅਸੀਂ ਕਦੇ ਦੇਣਾ ਨਹੀਂ ਦੇ ਸਕਦੇ। ਪਿੰਡ ਵਾਸੀ ਗੁਰਦੇਵ ਸਿੰਘ ਨੇ ਕਿਹਾ ਕਿ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਸਮਾਰਕ ਤੇ ਸਮਾਗਮ ਦਾ ਹਰ ਸਾਲ ਕਰਦੀਆਂ ਹਨ, ਲੇਕਿਨ ਉਸ ਤੋਂ ਬਾਅਦ ਪਿੰਡ ਵਾਸੀਆਂ ਦੀ ਮੁੜ ਕਦੇ ਸਾਰ ਨਹੀਂ ਲੈਂਦੀਆਂ। ਪਿੰਡ ਵਾਸੀਆਂ ਵੱਲੋਂ ਵੀ ਸਰਕਾਰਾਂ ਤੇ ਰੋਸ ਪ੍ਰਗਟ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੇਵ ਨਾਮਧਾਰੀ ਪਿੰਡ ਖਟਕੜ ਕਲਾਂ ਤੋਂ, ਸਾਡੇ ਨਾਲ ਸਰਪੰਚ ਖਟਕੜ ਕਲਾਂ ਤੋਂ, ਨਾਲ ਸਾਡੇ ਭੂਆ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭਤੀਜੀ, ਉਹ ਵੀ ਸਾਡੇ ਨਾਲ ਨੇ ਅੱਜ। ਇਹ ਜਿਹੜੀ ਘਟਨਾ ਹੋਈ ਆ ਬਹੁਤ ਨਿੰਦਣਯੋਗ ਘਟਨਾ ਜੀ, ਜੋ ਕਿ ਸਿਮਰਨਜੀਤ ਸਿੰਘ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਅੱਤਵਾਦੀ ਤੱਕ ਕਿਹਾ, ਇਹ ਸੁਣ ਕੇ ਸਾਡੇ ਦਿਲ ਨੂੰ ਬਹੁਤ ਠੇਸ ਲੱਗੀ ਆ। ਪੂਰੇ ਪੰਜਾਬ ਨੂੰ, ਪੂਰੇ ਹਿੰਦੁਸਤਾਨ ਨੂੰ ਇਹ ਲਫ਼ਜ਼ ਸੁਣ ਕੇ ਜਿਹੜੀ ਆ ਇਹ ਬਹੁਤ ਤਕੜੀ ਠੇਸ ਲੱਗੀ ਆ, ਅਤੇ ਅਸੀਂ ਇਹਦੀ ਪਰ ਜ਼ੋਰ ਨਿੰਦਾ ਕਰਦੇ ਹਾਂ ਅਤੇ ਨਾਲ ਦੀ ਨਾਲ ਮੰਗ ਕਰਦੇ ਹਾਂ ਸਰਕਾਰਾਂ ਕੋਲੋਂ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਹੀਦੀ ਦਰਜਾ ਦਿਓ, ਤਾਂ ਜੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨਿਕਲ ਕੇ ਆਉਂਦੀਆਂ ਇਹ ਨਾ ਆਉਣ, ਕਿਉਂਕਿ ਜੇ ਸ਼ਹੀਦੀ ਦਰਜਾ ਦਿੱਤਾ ਹੁੰਦਾ ਤਾਂ ਅੱਜ ਆਹ ਗੱਲਾਂ ਨਹੀਂ ਸੀ ਆਉਣੀਆਂ। ਵੈਸੇ ਇਹ ਕਿਸੇ ਮੰਨ ਲਓ ਦਰਜੇ ਦੇ ਮਹਤਾਜ ਨਹੀਂ ਹੈਗੇ, ਇਹ ਜੇ ਸ਼ਹੀਦ ਆ ਸਾਰਿਆਂ ਨੂੰ ਪਤਾ, ਕੌਮ ਦੇ ਸ਼ਹੀਦ ਆ, ਸ਼ਹੀਦ ਆਜ਼ਮ ਇਹਨਾਂ ਦੇ ਨਾਮ ਦੇ ਨਾਲ ਲੱਗਿਆ ਹੋਇਆ, ਅਤੇ ਇਹਨਾਂ ਗੱਲਾਂ ਦਾ ਅਸੀਂ ਜੋ ਆ ਪਿੰਡ ਵੱਲੋਂ, ਪੂਰੇ ਪੰਜਾਬ ਵੱਲੋਂ ਅਤੇ ਪੂਰੇ ਵਰਲਡ ਵੱਲੋਂ ਨਿਖੇਧੀ ਕਰਦੇ ਹਾਂ ਕਿ ਜੋ ਇਹ ਜਿਹੜੇ ਸ਼ਬਦ ਬੋਲੇ ਗਏ ਆ ਉਹ ਨਿੰਦਣਯੋਗ ਆ। ਅਤੇ ਮੈਂ ਇੱਕ ਬੇਨਤੀ ਸਰਕਾਰ ਕੋਲ ਵੀ ਕਰਨੀ ਚਾਹੁੰਦਾ ਵੀ ਇਕੱਲਾ ਆਪਾਂ ਇੱਥੇ ਸੌਹਾਂ ਖਾ ਕੇ ਜਾਂ ਇੱਥੇ ਮੱਥੇ ਟੇਕ ਕੇ ਚੱਲ ਜਾਈਏ, ਉਹਨਾਂ ਨਾਲ ਗੱਲ ਨਹੀਂ ਬਣਨੀ। ਦੇਖੋ ਸ਼ਹੀਦ ਦੇ, ਜੇ ਇਹਨੂੰ ਆਪਾਂ ਸ਼ਹੀਦ ਨਹੀਂ ਮੰਨਦੇ ਤਾਂ ਇਸ ਜ਼ਿਲ੍ਹੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਕਿਉਂ ਰੱਖਿਆ ਗਿਆ? ਜੇ ਇਹਨੂੰ ਸ਼ਹੀਦ ਨਹੀਂ ਮੰਨਦੇ ਤਾਂ ਹਰੇਕ ਸਾਲ ਇੱਥੇ ਫੰਕਸ਼ਨ ਕਰਾ ਕੇ ਸਰਕਾਰੀ ਅਤੇ ਆਪਾਂ ਲੋਕਾਂ ਦੀ ਵਾਹ ਵਾਹ ਕੱਟਦੇ ਹਾਂ ਇੱਕ ਵੋਟਾਂ ਲਈ। ਅੱਜ ਤੋਂ 10-15 ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਵੀ ਇੱਥੇ ਪਿੰਡ ਸਾਡੇ ਸਰਪੰਚ ਸਾਹਿਬ ਦੇ ਖੇਤਾਂ ਵਿੱਚ ਲੱਗੀ ਹੋਈ ਸੀ, ਮੈਂ ਵੀ ਉਸਦਾ ਗਵਾਹ, ਮੈਨੂੰ ਪਤਾ। ਉਦੋਂ ਵੀ ਇਹ ਸ਼ਹੀਦ ਹੀ ਸੀਗਾ, ਅੱਜ ਵੀ ਇਹ ਸ਼ਹੀਦ ਆ ਔਰ ਸਾਰੀ ਉਮਰ ਸ਼ਹੀਦ ਰਹਿਣਾ। ਜਿੱਦਾਂ ਕਿ ਸਾਡੇ ਸਰਪੰਚ ਸਾਹਿਬ ਨੂੰ ਵੀ ਕੁਛ ਦਿਨਾਂ ਤੋਂ ਬਹੁਤ ਟਾਰਗੇਟ ਕੀਤਾ ਜਾ ਰਿਹਾ, ਜਿੱਦਾਂ ਪ੍ਰਧਾਨ ਮੰਤਰੀ ਦੀ ਚੋਣ ਹੁੰਦੀ ਆ ਇਸੇ ਤਰ੍ਹਾਂ ਸਰਪੰਚ ਦੀ ਵੀ ਚੋਣ ਹੁੰਦੀ ਆ। ਸਰਪੰਚ ਵੀ ਕਿਸੇ ਮੁੱਖ ਮੰਤਰੀ ਜਾਂ ਕਿਸੇ ਪ੍ਰਧਾਨ ਮੰਤਰੀ ਕਿਸੇ MP ਤੋਂ ਘੱਟ ਨਹੀਂ ਹੁੰਦਾ, ਲੇਕਿਨ ਸਾਡੀ ਬਦਕਿਸਮਤੀ ਆ ਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਕੋਈ ਵੀ ਫੰਕਸ਼ਨ ਹੁੰਦਾ ਜਿੱਥੇ ਅੰਦਰ ਤੱਕ ਨਹੀਂ ਆਉਣ ਦਿੱਤਾ ਜਾਂਦਾ, ਸਿਰਫ ਇੰਨਾ ਰੱਖਦੇ ਆ, ਫੋਨ ਕਰਦੇ ਆ, ਸਰਪੰਚ ਸਾਹਿਬ 10 ਕੱਪ 20 ਕੱਪ ਚਾਹ ਦੇ ਬਣਾ ਕੇ ਲਿਆਓ, ਜਿੱਦਾਂ ਇੱਕ ਬੋਰੀ ਖੰਡ ਦੀ ਸਰਪੰਚ ਸਾਹਿਬ ਦੇ ਘਰੇ ਦਿੱਤੀ ਹੁੰਦੀ ਆ ਸਰਕਾਰਾਂ ਨੇ। ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਅਸੀਂ ਹੁਣ ਇੱਕ ਵੱਡਾ ਵਿਰੋਧ ਕਰਾਂਗੇ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਵੀ ਸਰਕਾਰੀ ਫੰਕਸ਼ਨ ਸਰਪੰਚ ਦੀ ਸਟੈਂਪ ਤੋਂ ਬਿਨਾਂ ਅਸੀਂ ਪਿੰਡ ਵਿੱਚ ਨਹੀਂ ਹੋਣ ਦੇਵਾਂਗੇ। ਇਹ ਸਾਡਾ ਪੂਰੀ ਅਪੀਲ ਹੈ ਪੂਰੇ ਇਲਾਕੇ ਨੂੰ, ਪੂਰੇ ਪੰਜਾਬ ਨੂੰ, ਸਾਡੇ ਨਾਲ ਖੜ ਕੇ ਇਸ ਗੱਲ ਦਾ ਸਾਥ ਦਿਓ ਤਾਂ ਜੋ ਵੀ ਫੰਕਸ਼ਨ ਖਟਕੜ ਕਲਾਂ ਵਿੱਚ ਹੋਵੇ ਖਟਕੜ ਕਲਾਂ ਦੇ ਨੁਮਾਇੰਦੇ ਅਤੇ ਖਟਕੜ ਕਲਾਂ ਦੇ ਸਰਪੰਚ ਸਾਹਿਬ ਉੱਥੇ ਮੌਜੂਦ ਹੋਣੇ ਚਾਹੀਦੇ। ਕੀ ਨਾਮ ਹੈ ਤੁਹਾਡਾ ਅਤੇ ਕੀ ਰਿਸ਼ਤਾ ਹੈ ਤੁਹਾਡਾ ਭਗਤ ਸਿੰਘ? ਮੈਂ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਦੀ ਬੇਟੀ ਹਾਂ। ਅੱਛਾ। ਕੀ ਸਰਦਾਰ ਸਵਰਨ ਸਿੰਘ ਜੀ ਦੀ ਜਿਨ੍ਹਾਂ ਨੂੰ ਉੱਥੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ, ਮਗਰ ਨਵ ਪੀੜ੍ਹੀ ਲਾਠੀਚਾਰਜ ਮੋਰਚੇ ਨੇ ਮੇਰੇ ਪਾਪਾ ਨੂੰ ਬਚਾਇਆ ਸੀ। ਉਹਨਾਂ ਦਾ ਆਪਰੇਟ ਕਰਵਾਇਆ ਸੀ, TB ਮੇਰੇ ਪਾਪਾ ਨੂੰ ਹੋਈ ਸੀ, ਉਸ ਟਾਈਮ 'ਤੇ ਦਮਾ ਕਹਿੰਦੇ ਸੀ, ਹੁਣ TB ਕਹਿੰਦੇ। ਮੈਂ ਉਹਨਾਂ ਦੀ ਬੇਟੀ ਹਾਂ। ਮੈਨੂੰ ਨਾ ਅੱਜ ਬਹੁਤ ਦੁੱਖ ਹੋਇਆ ਕਿ ਦੇਖੋ ਇੱਕ ਜਦੋਂ ਸਿਮਰਜੀਤ ਸਿੰਘ ਮਾਨ ਵੀਰ ਜੀ ਨੇ ਬਈ ਭਗਤ ਸਿੰਘ ਜੀ ਨੂੰ ਆਤੰਕਵਾਦੀ ਕਿਹਾ, ਦੇਖੋ ਆਤੰਕਵਾਦੀ ਕਿਸ ਤਰ੍ਹਾਂ ਸੀ, ਛੋਟੀ ਜਿਹੀ ਉਮਰ ਵਿੱਚ ਉਹਨਾਂ ਨੇ ਆਪਣੀਆਂ ਖੁਸ਼ੀਆਂ ਦੀਆਂ ਕੁਰਬਾਨੀਆਂ ਕੀਤੀਆਂ, ਉਹ ਤਾਂ ਦੇਸ਼ ਦੇ ਪਿੱਛੇ ਲੜੇ ਸੀ, ਅੰਗਰੇਜ਼ਾਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਅਤੇ ਅੱਜ ਉਹਨਾਂ ਨੂੰ ਤੁਸੀਂ ਆਤੰਕਵਾਦੀ ਕਹਿ ਰਹੇ ਹੋ। ਮਗਰ ਮੈਂ ਸਰਕਾਰਾਂ ਉੱਤੇ ਇਹ ਰੋਸ ਪ੍ਰਗਟ ਕਰਦੀ ਹਾਂ
कि उन्होंने अज तक भगत सिंह जी को कौमी शहीद का दर्जा नहीं दिता। जे कौमी शहीद का दर्जा देंगे तो अज सानू कोई भी साढ़े वीर आतंकवादी ना कहता। अफसोस तो बहुत होया। दूसरी गल कि इत्थे कई तरह के लोग आते हैं जिन्हें ने सिमरजीत सिंह मान को कहा कि तुहाड़ी पगड़ी का असी कीमत पाने, उन्होंने पूछो कि तू पगड़ी की कीमत दे सकता है। ये पगड़ी तो साढ़े गुरुआं की सी, इहदा असी मान और इहदी शान बढ़ानी है, मगर ये नहीं कहना कि साड़ी पगड़ी की असी कीमत लगानी। तू कौन होना सानू पगड़ी की कीमत लगा वाला? फिर मेरे वीर जड़े सतनाम सिंह जी जड़े अज खड़गड़ कलां नूं इन्ना कामयाब कर रहे ने, मेरे वीर का नाम रोशन किया है, ठीक है। इत्थे कई तरह दीआं सरकारां आउंदीआं ने, मगर उन्हां दे तुसी नाम बेकार पगड़ी के पिछे उन्हां नूं वेली तोमत लगा दिती। अरे करदा तां कोई ते कहिंदे पड़दा कोई है। साढ़े तो वह परिवार ने कहिंदे ने सेवा देश की जिंदड़ी है बड़ी औखी, गल्लां करनियां ढेर सुखलियां ने, जिन्हां देश सेवा विच पैर तरिया लख मुसीबतां उन्हां ने चलियां ने। ये खून है मर्द दलेरां दा, किथे होजू मेल गिदड़ां दा, जे शेरां अगे अड़ गए गिदड़ भी इत्थों भज गए। ये सरकारां सुन लैन। अज मैनूं थोड़ी जिही खुशी होई सी कि जिहड़े भगवंत सी एम साढ़े भगवंत सिंह मान ने, उन्हां ने साढ़े वीर भगत सिंह जी की हर ऑफिस से तस्वीर लगाई, मगर मैं फिर भी उन्होंने इयो बेनती करांगी कि जे तस्वीर लगाइए तो उन्होंने विचारों से जरूर चलना, क्योंकि उन्होंने साम्राज्यवाद को मुर्दाबाद किया सी और इनकलाबी सोच सी इनकलाब जिंदाबाद किया सी। असी देश के दे पिछे लड़ना है, लोग आपस ही देश ही फुट नहीं पानी। कभी धर्म के नाम से फुट हो रही है, कभी नौजवान साड़ी पीढ़ियां नु खत्म कर रहे हैं, की हो रहा है इतने गुलामी भोग रहा है। भगवंत मान की गल की है कि उन्हें फोटो लगाई है। हाँ जी, भगवंत मान ने पांच राज्यसभा के मैंबर भेजे ने। हाँ जी, भगत सिंह के परिवार जो प्रोफेसर जगमोहन सिंह जी से जो विषय थे तक भगवंत मान साहब का ध्यान नहीं गया। नहीं जी, साढ़े तो अज तक परिवारों को किसी पिछे आके पूछा ही नहीं। साढ़े परिवार से देखो शहादत असी दित्तियां, तसीहे असी चेले, गरीबी असी कट्टी, अनपढ़ता असी कट्टी, मगर फायदे कौन ले रहे? ये सरकार ना जिन्हां तों देश नूं असी लोगों ने आजाद कराया। जी, इस तों भी तुहाडे मन च है कि उन्हां दे परिवार तों किसी नूं राज्यसभा मैंबर बनाया जाता? हाँ जी, बिल्कुल बिल्कुल, साढ़े परिवारों का जिवें प्रोफेसर जगमोहन मेरे वीर जी ने, उन्हां नूं एक पार्लीमेंट का मैंबर क्यों नहीं बना रहे? उन्हां नूं बनाउण, पढ़े लिखे ने, सब कुछ उन्हां नूं सब कुछ आउंदा, क्यों नहीं आउंदा उन्हां नूं? देखो बार बार यो असी कह रहे हैं कि साढ़े परिवार का एक दर्जा पार्लीमेंट स्ट्रेटजिक मंत्री जरूर बनना चाहिए ताकि साढ़े परिवारों की सुनवाई होए। अज तक साढ़े परिवारों की सुनवाई नहीं, ना किसी सरकार ने आके साढ़े परिवारों को पूछे। भगवंत मान साहब कहते होंगे कि जो शहीदी दिन आता या जन्मदिन आता तो भगत सिंह हार पा के फांसी, गोरियां ने एक बार फांसी दी है, तो लगता भी हम जो राज्य सरकार जिन्नी भी चाहे सेंटर सरकार है या पंजाब सरकार है जो भी हार पाते भगत सिंह नवी फांसी दी है? मैं तो कह रही हूँ फांसी दे रहे, क्योंकि कौमी शहीद का दर्जा नहीं दिता। वह क्यों मनाते हैं शहीदी दिहाड़े? क्यों मनाते हैं उन्होंने जन्म दिहाड़े? जो शहीद नहीं तो फिर क्यों मनाते हैं? वोटा साढ़े शहीदों के परिवारों के नाम से लेंगे, मगर शहीदों के परिवारों ने अब तक किसी ने पूछा नहीं। तुम मरे हो कि जिंदे हो, यह ने साड़िया पर सरकार। मगर भगवंत मान सी एम सर के उत्ते मैनू थोड़ा माण हो गया सी कि जो उन्होंने थोड़े मुद्दे चुके से। बाकी मैं तो इो कहंगी जे तुम पगड़ी बनीए तो मेरे चाचा जी से जिन्हें 1906-1907 पगड़ी की लहर चलाई सी, किसान मोर्चे उन्होंने भी किए थे, उन्होंने आजाद कराया सी अपने किसान मोर्चों को। उन्होंने कहा कि पगड़ी संभाल जट्टा पगड़ी संभाल है। अज पगड़ी की कीमत लोग लगा रहे हैं, शर्म आनी चाहिए ये जो बंदे जिन्होंने पगड़ी की कीमत लगाई है। मैं बहुत अफसोस आ रहा है एक साढ़े शहीदी परिवारों के उत्ते, उन्होंने जगह पर खड़े होकर तुम लोग कीमत लगा रहे हो।